ਜ਼ਿਲ੍ਹਾ ਬਠਿੰਡਾ ਦੇ ਪਿੰਡ ਨਾਥਪੁਰਾ ਤੋਂ ਇੱਕ ਵਿਅਕਤੀ ਦੇ ਕਤਲ ਦੀ ਖਬਰ। ਵਿਅਕਤੀ ਦੇ ਕਤਲ ਵਿੱਚ ਉਸਦੀ ਧਰਮ ਪਤਨੀ ਅਤੇ ਸਕਾ ਪੁੱਤਰ ਨਾਮਜ਼ਦ। ਪੁਲਿਸ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਵਾਰਦਾਤ ਵਿੱਚ ਵਰਤੀ ਗਈ ਕਹੀ ਬਰਾਮਦ ਪੁਲਿਸ ਵੱਲੋਂ ਦਿੱਤੀ ਜਾਣਕਾਰੀ। ਆਪਾਂ ਚੰਗੀਆਂ ਅਤੇ ਮਾੜੀਆਂ ਦੋਨੋਂ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਅਤੇ ਸੁਣਦੇ ਰਹਿੰਦੇ ਹਾਂ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਬਲਾਕ ਨਥਾਣਾ ਨਜ਼ਦੀਕ ਪਿੰਡ ਨਾਥਪੁਰਾ ਤੋਂ ਇੱਕ ਬਹੁਤ ਦਰਦਨਾਕ ਘਟਨਾ ਸਾਹਮਣੇ ਆਈ ਆ, ਜਿੱਥੇ ਪੁਲਿਸ ਸੂਤਰਾਂ ਅਨੁਸਾਰ ਇੱਕ ਪਤਨੀ ਅਤੇ ਪੁੱਤਰ ਨੇ ਮਿਲ ਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਘਟਨਾ ਵਾਲੀ ਜਗ੍ਹਾ ਦੋਸਤੋ ਆਹੀ ਆ, ਆਹ ਮੰਜਾ ਤੁਸੀਂ ਦੇਖ ਸਕਦੇ ਹੋ, ਜਿੱਥੇ ਉਹ ਮ੍ਰਿਤਕ ਪਰਮਿੰਦਰ ਸਿੰਘ ਉਰਫ ਪਿੰਦੀ ਪਏ ਸੀ ਅਤੇ ਉਹਨਾਂ ਦੇ ਪੁੱਤਰ ਸੁਖਦੀਪ ਸਿੰਘ ਨੇ ਆਪਣੀ ਮਾਤਾ ਨਾਲ ਰਲ ਕੇ ਉਹਨਾਂ ਦਾ ਕਹੀ ਨਾਲ ਵਾਰ ਕਰਕੇ ਇੱਥੇ ਕਤਲ ਕਰ ਦਿੱਤਾ, ਜਿਨ੍ਹਾਂ ਨੂੰ ਨਥਾਣਾ ਪੁਲਿਸ ਨੇ ਅਰੈਸਟ ਕਰ ਲਿਆ। ਇਸ ਵਿੱਚ ਸੀ ਏ ਸਟਾਫ 2 ਅਤੇ ਥਾਣਾ ਨਸਾਣਾ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਗ੍ਰਿਫਤਾਰੀਆਂ ਹੋ ਚੁੱਕੀਆਂ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਾਊਂ ਜਾਣਕਾਰੀ ਲਈ ਜਾਵੇਗੀ ਅਤੇ ਕਿਸੇ ਹੋਰ ਕੀ ਕਾਰਨ ਆ ਇਹ ਕਤਲ ਕਿਉਂ ਆਇਆ। ਪਰ ਜਿਹੜੇ ਮੁੱਢਲੇ ਕਾਰਨ ਇਹਦੇ ਪਿੱਛੇ ਘਰੇਲੂ ਝਗੜਾ ਦੱਸਿਆ ਜਾ ਰਿਹਾ ਵੀ ਇਹ ਘਰੇਲੂ ਝਗੜੇ ਪਿੱਛੇ ਕਤਲ ਹੋ ਗਿਆ। ਸੋ ਸਮਾਜ ਨੂੰ ਲੋੜ ਆ ਦੋਸਤੋ, ਬਹੁਤ ਛੋਟੇ ਛੋਟੇ ਮੁੱਦਿਆਂ 'ਤੇ ਤਲਖੀ ਵਿੱਚ ਆਉਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ, ਪੰਚਾਇਤਾਂ ਜਾਂ ਜਿਹੜੇ ਖਾਸ ਬੰਦੇ ਹੁੰਦੇ ਆ ਉਹਨਾਂ ਨਾਲ ਮਿਲ ਕੇ ਸਮਝੌਤੇ ਕਰਵਾਉਣ ਦੀ ਜਾਂ ਕਰਨ ਦੀ, ਨਾ ਕਿ ਇਹੋ ਜਿਹੇ ਮੰਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ, ਇਹ ਇੱਕ ਸਮਾਜ ਦੇ ਕਲੰਕ ਆ। ਆਓ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਇਸ ਘਟਨਾ ਸੰਬੰਧੀ ਕੁਝ ਗੱਲਬਾਤ। ਉਸ ਤੋਂ ਪਿੰਡ ਨਾਥਪੁਰਾ ਬਠਿੰਡਾ ਵਿਖੇ ਜਿਹੜੀ ਘਟਨਾ ਘਟੀ ਆ, ਕਤਲ ਹੋਇਆ, ਇਹਦੇ ਪਿੱਛੇ ਸਾਰਾ ਪਿੰਡ ਸਾਰਾ ਇਲਾਕਾ ਸੁਣਨਾ, ਇਹ ਦੁੱਖਦਾਈ ਖਬਰ ਆ। ਆਪਾਂ ਉਸ ਘਰੇ ਖੜ੍ਹੇ ਹਾਂ ਜਿਹੜਾ ਵੱਸਦਾ ਰੱਸਦਾ ਸੀ ਆਮ ਘਰਾਂ ਵਾਂਗ, ਇੱਥੇ ਰੋਟੀ ਪੱਕਦੀ ਸੀ ਪਰ ਇਸ ਟਾਈਮ ਘਰ ਦਾ ਚੁੱਲ੍ਹਾ ਬੰਦ ਪਿਆ। ਆਪਣੇ ਨਾਲ ਨੌਜਵਾਨ ਹਾਜ਼ਰ ਹੈ, ਬਾਈ ਜੀ ਦੱਸਣਗੇ ਕਿਉਂਕਿ ਇੱਥੋਂ ਇਹ ਲੋਕਲ ਰਹਿਣ ਵਾਲੇ ਆ, ਜ਼ਿਆਦਾ ਜਾਣਦੇ ਆ ਪਰਿਵਾਰ ਵਾਲੇ। ਬਾਈ ਜੀ ਤੁਹਾਨੂੰ ਕਿਵੇਂ ਲੱਗਦਾ ਵੀ ਕਿਵੇਂ ਘਟਨਾ ਘਟੀ, ਕੀ ਕਾਰਨ ਹੋ ਸਕਦਾ ਇਹਦੇ ਪਿੱਛੇ? ਦੇਖੋ ਕਾਰਨ ਵੀਰ ਜੀ, ਆਪਾਂ ਇੱਕੋ ਗੱਲ ਕਹਿੰਦੇ ਹਾਂ, ਠੀਕ ਹੈ, ਮੇਰੇ ਸਕੇ ਚਾਚਾ ਜੀ ਨੇ ਜਿਹਨਾਂ ਦਾ ਕਤਲ ਹੋਇਆ, ਠੀਕ ਹੈ, ਠੀਕ ਹੈ। ਘਟਨਾ ਕੋਈ ਇਹਦੇ ਵਿੱਚ ਕੋਈ ਐਂ ਨਹੀਂ ਵੀ ਕੋਈ ਇਹਨਾਂ ਦਾ ਜ਼ਿਆਦਾ ਵੱਡਾ ਕਲੇਸ਼ ਸੀ, ਕੋਈ ਇਹਨਾਂ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਘਰੇਲੂ ਮਸਲੇ ਹੁੰਦੇ ਆ ਛੋਟੇ ਛੋਟੇ, ਉਹਨਾਂ ਨੇ ਇੱਕ ਘਟਨਾ ਦਾ ਰੂਪ ਲਿਆ। ਜਾਣੀ ਕਿ ਇੱਕ ਆਮ ਕਹਿੰਦੇ ਹਾਂ ਵੀ ਇੱਕ ਚੰਗਿਆੜੀ ਸੀ ਉਹ ਭਾਂਬੜ ਬਣ ਗਿਆ ਅਤੇ ਕਤਲ ਹੋ ਗਿਆ ਅਤੇ ਜਿਹੜਾ ਵੱਸਦਾ ਰਸਤਾ ਘਰ ਸੀ ਉਹ ਜੁੜ ਗਿਆ। ਅਤੇ ਤੁਸੀਂ ਕੀ ਸਮਾਜ ਨੂੰ, ਤੁਸੀਂ ਨੌਜਵਾਨ ਪੀੜ੍ਹੀ ਹੋ, ਤੁਸੀਂ ਭਵਿੱਖ ਵਿੱਚ ਵਿਚਰਨ ਵਾਲੇ, ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਜੋ ਕਈ ਮਸਲੇ ਘਰਾਂ 'ਚ ਆਉਂਦੇ ਆ ਅਤੇ ਉਹ ਕਿਵੇਂ ਨਿਬੇੜਨੇ ਚਾਹੀਦੇ ਅਤੇ ਕਿਵੇਂ ਨਿਬੜਨੇ ਚਾਹੀਦੇ? ਦੇਖੋ ਜੇ ਆਪਾਂ ਕਿਸੇ ਨੂੰ, ਜੇ ਕਿਸੇ ਦਾ ਪਿਓ, ਇੱਕ ਪਿਓ ਆ ਵੀ ਸਾਰੀ ਉਮਰ ਕੱਢ ਦਿੰਦਾ ਆਪਦੇ ਪੁੱਤ ਦੇ ਜੀ, ਬਣਾਉਂਦਾ ਬਣਾਉਂਦਾ ਮੰਨ ਕੇ ਚੱਲ ਵੀ ਜਮ੍ਹਾਂ ਬੁੱਢਾ ਹੋ ਜਾਂਦਾ, ਠੀਕ ਹੈ ਜੀ। ਉਹ ਕਹਿ ਉਹ ਚਾਹੁੰਦਾ ਵੀ ਜੋ ਮੈਂ ਦੇਖ ਲਿਆ ਜੇ ਕੋਈ ਮਾੜਾ ਚੰਗਾ ਸਮਾਂ ਦੇਖਿਆ ਤਾਂ ਮੇਰਾ ਪੁੱਤ ਨਾ ਦੇਖੇ, ਠੀਕ ਹੈ ਨਾ, ਆਪਦੀ ਸਾਰੀ ਉਮਰ ਕੱਢ ਦੇਣੀ। ਜੇ ਉਹ ਤੁਹਾਨੂੰ ਕੁਛ ਕਹਿੰਦਾ ਵੀ ਹੈ ਤਾਂ ਸਮਝ ਤੁਹਾਡੇ ਉਹ ਚੰਗੇ ਲਈ ਕਹਿੰਦਾ, ਮਾੜੇ ਲਈ ਕਦੇ ਨਹੀਂ। ਕੋਈ ਇੱਕ ਆਪਦੇ ਪਿਓ ਆਪਦੇ ਪੁੱਤ ਨੂੰ ਕਦੇ ਕੋਈ ਮਾੜਾ ਤਾਂ ਕੁਛ ਨਹੀਂ ਕਹੂਗਾ, ਹਾਂਜੀ ਕੋਈ ਗਲਤ ਸੰਗਤ 'ਚ ਪੈਂਦਾ ਤਾਂ ਉਹ ਬਤਾ ਦੇ ਪਰਿਵਾਰ ਨੂੰ। ਬਿਲਕੁਲ ਬਿਲਕੁਲ ਬਿਲਕੁਲ, ਉਹ ਜਾਂਦੇ ਸੀ ਕਿਸਾਨ ਯੂਨੀਅਨ ਵਿੱਚ ਜਾਂਦੇ ਸੀ ਮੇਰੇ ਖਿਆਲ, ਅੱਛਾ,
ਉਹ ਮੁੰਡਾ ਕਹਿੰਦਾ ਸੀ ਵੀ ਤੂੰ ਨਾ ਜਾ, ਉਹ ਕਹਿੰਦਾ ਵੀ ਜੇ ਮੇਰੇ ਜਾਣ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਇਸ ਤੋਂ ਵੱਡਾ ਹੋਰ ਕੀ ਪੁੰਨ ਹੋ ਸਕਦਾ। ਠੀਕ ਹੈ ਕਿ ਨਹੀਂ? ਕਿਸਾਨ ਜਦ ਤੁਸੀਂ ਮੈਨੂੰ ਦੱਸੋ ਜਥੇਬੰਦੀ ਹੈ, ਕਿਸਾਨ ਜਥੇਬੰਦੀ ਹੈ, ਉਹ ਕੋਈ ਮਾੜੀ ਚੀਜ਼ ਹੈ? ਉਹ ਤਾਂ ਕਿਸਾਨਾਂ ਦੇ ਹੱਕਾਂ ਲਈ ਲੜਦੇ, ਆਪਾਂ ਨੂੰ ਪਤਾ ਹੀ ਹੈ। ਠੀਕ ਹੈ ਨਾ, ਆਪਣੇ ਮੰਨ ਕੇ ਚੱਲੋ ਆਪਣੇ ਲਈ ਖੜਦੇ ਨਾ ਉਹ। ਜੇ ਆਪਾਂ ਹੀ ਆਪੇ ਉਹਨਾਂ ਦੇ ਵਿੱਚ ਨਾ ਜਾਵਾਂਗੇ ਤਾਂ ਉਹ ਕਿਵੇਂ ਖੜਨਗੇ? ਸਹੀ ਗੱਲ ਹੈ। ਠੀਕ ਹੈ ਕਿ ਨਹੀਂ? ਇੱਥੋਂ ਹੀ ਬਸ ਮੰਨ ਕੇ ਚੱਲੋ ਥੋੜੀ ਛੋਟੀ ਗੱਲ ਹੁੰਦੀ ਹੁੰਦੀ ਗੱਲ ਵਧ ਗਈ। ਸਹੀ ਗੱਲ। ਠੀਕ ਹੈ, ਉਹ ਆਏ ਆ ਕੇ ਸਾਨੂੰ ਉੱਥੇ ਵਧੀਆ ਬੁਲਾ ਕੇ ਗਏ ਆ, ਘਰ ਦੇ ਬਾਹਰ 'ਚ ਅਸੀਂ ਬੈਠੇ ਹਾਂ, ਸਾਨੂੰ ਬੁਲਾ ਕੇ ਅੰਦਰ ਲੰਘੇ ਆ ਗਏ। ਅੰਦਰ ਆ ਕੇ ਬਸ ਉਹ ਮੰਗਦੇ ਰੋਟੀ ਖਾ ਕੇ ਪੈ ਗਏ। ਹਾਂਜੀ, ਦੇਖੋ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਵਿੱਚ ਕੀ ਗੱਲ ਹੋਈ ਹੈ। ਹਾਂਜੀ। ਠੀਕ ਹੈ, ਅਤੇ ਅਸੀਂ ਜਦੋਂ ਮੇਰੇ ਡੈਡੀ ਜੀ ਨੌ ਕੁ ਵਜੇ ਮੋਟਰ ਬੰਦ ਕਰਨ ਆਏ, 9 ਦੇ ਕਰੀਬ ਆਸ ਪਾਸ, ਯਾਨੀ ਕਿ ਅੰਦਰ ਤੁਹਾਡੇ ਘਰ ਅੰਦਰ ਸਟਾਰਟਰ ਲੱਗਿਆ ਹੋਇਆ। ਹਾਂ, ਇਹਨਾਂ ਦੇ ਘਰ ਅੰਦਰ ਸਟਾਰਟਰ ਲੱਗਿਆ, ਮੋਟਰ ਇਹਨਾਂ ਦੇ ਘਰ ਅੰਦਰ ਹੈ। ਹਾਂਜੀ, ਬੰਦ ਕਰਨ ਆਏ ਆ ਤਾਂ ਇਹ ਮਾਂ ਆਪਦੇ ਪੁੱਤ ਨੂੰ ਕਹਿ ਰਹੀ ਹੈ ਵੀ ਤੂੰ ਭਾਜਾ, ਜਿਹੜਾ ਕੰਮ ਹੋਣਾ ਸੀ ਹੋ ਗਿਆ ਹੁੰਦਾ। ਹਾਂਜੀ ਹਾਂ, ਕਹਿੰਦੀ ਤੂੰ ਭਾਜਾ, ਹੁਣ ਜਿਹੜਾ ਹੋਣਾ ਸੀ ਹੋ ਗਿਆ, ਦੇਖੀ ਜਾਊਗੀ, ਮੈਂ ਦੇਖਦੀ ਹਾਂ। ਹਾਂਜੀ ਹਾਂ, ਠੀਕ ਹੈ। ਤਾਂ ਮੇਰੇ ਡੈਡੀ ਨੂੰ ਲੱਗਿਆ ਵੀ ਕੁਛ ਗੱਲ ਗਲਤ ਹੈ, ਤਾਂ ਉਹ ਅੰਦਰ ਆਏ ਤਾਂ ਉਹਨਾਂ ਨੇ ਦੇਖਿਆ ਵੀ ਫਰਸ਼ ਦੇ ਉੱਤੇ ਖੂਨ ਹੀ ਖੂਨ ਪਿਆ ਅਤੇ ਮੇਰਾ ਭਾਈ ਖੂਨ ਨਾਲ ਲੱਥ ਪੱਥ। ਅੱਛਾ ਜੀ, ਉਹ ਘਟਨਾ ਅੰਦਰ ਘਟੀ ਹੈ ਜੀ? ਹਾਂ, ਇਸੇ ਅੰਦਰ। ਚਲੋ ਆ ਜਾਓ, ਅਸੀਂ ਉਹ ਘਟਨਾ ਵੀ ਦਿਖਾ ਦਿੰਦੇ ਹਾਂ ਜੀ। ਮੰਜਾ ਦੋਸਤੋ ਤੁਹਾਨੂੰ ਬਾਹਰ ਦਿਖਾਇਆ ਦੇ। ਆਹ ਜਗ੍ਹਾ ਦੋਸਤੋ ਮੰਜਿਆ ਹੋਇਆ ਸੀ ਜਿੱਥੇ ਉਹ ਕਤਲ ਹੋਇਆ, ਅਤੇ ਇਹ ਜਾਣੀ ਕਿ ਕਹੀ ਦੇ ਵਾਰ ਨਾਲ। ਹਾਂਜੀ, ਇਹ ਕਹੀ ਦੇ ਵਾਰ ਨਾਲ ਸਾਰੀ ਘਟਨਾ ਘਟੀ ਹੋਈ ਆ। ਦੇਖੋ ਤੁਸੀਂ ਕੰਧਾਂ 'ਤੇ ਖੂਨ ਚੜਿਆ ਹੋਇਆ ਉੱਧਰ ਦੇ। ਦੋਸਤੋ ਕਿੰਨੀ ਇਹ ਦਰਦਨਾਕ ਤਸਵੀਰ ਆ, ਅਸੀਂ ਦਿਖਾ ਵੀ ਨਹੀਂ ਸਕਦੇ ਸਮਾਜ ਨੂੰ, ਇਹ ਕਿੰਨੀ ਝੰਜੋੜ ਵਾਲੀ ਤਸਵੀਰ ਆ ਵੀ ਇਹ ਜਿਹੜੇ ਪਿਤਾ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪੁੱਤ ਨੂੰ ਜਵਾਨ ਕੀਤਾ ਅਤੇ ਉਹਨੇ ਉਹਦਾ ਖੂਨ ਕਰਤਾ ਅਤੇ ਆ ਖੂਨ ਤੁਸੀਂ ਸਮਝ ਗਏ ਸਕਦੇ ਹੋ। ਅਤੇ ਸੋ ਦੋਸਤੋ, ਅਸੀਂ ਬਾਈ ਜੀ ਸਾਨੂੰ ਅੱਧ ਭਰੀ ਜਿਹੜੀ ਘਟਨਾ ਘਟੀ ਹੈ ਪਿੰਡ ਨਾਮਪੁਰਾ ਦੇ ਵਿੱਚ ਘਟੀ ਆ। ਮੈਂ ਰਾਮ ਸਿੰਘ ਕਲਿਆਣ, ਸਾਂਝ ਪੰਜਾਬ ਟੀਵੀ ਲਈ, ਨਾਗਪੁਰਾ ਜ਼ਿਲ੍ਹਾ ਬਠਿੰਡਾ। ਧੰਨਵਾਦ।